ਦੋ ਮੂਸੇਵਾਲਾ ਕਤਲ ਕੇਸ ਦੇ ਵਿੱਚ ਮਾਰੇ ਗਏ ਦੋਵੇਂ ਸ਼ੂਟਰਾਂ ਦੇ ਨਾਲ ਜੁੜੀ ਵੱਡੀ ਖਬਰ ਦੇ ਰਿਆ ਤੁਹਾਨੂੰ ਦੋਵੇਂ ਸ਼ੂਟਰ ਰੂਪਾ ਤੇ ਮੰਨਾ ਦੋਵਾਂ ਨੂੰ ਸਲਾਹ ਦਿੱਤੀ ਸੀ ਗੋਲਡੀ ਬਰਾੜ ਨੇ ਪੰਜਾਬ ਤੋਂ ਬਾਹਰ ਜਾਣ ਦੀ ਪਰ ਇਹ ਸਲਾਹ ਕਿਉਂ ਨਹੀਂ ਮੰਨੀ ਪੁਲਿਸ ਇਨਕੁਆਰੀ ਦੇ ਵਿੱਚ ਪਤਾ ਲੱਗਾ ਕਿ ਦੋਵੇਂ ਜਿਹੜੇ ਸ਼ੂਟਰ ਸੀਗੇ ਨਸ਼ਾ ਕਰਦੇ ਸੀ ਦੋਵੇਂ ਡਰੱਗ ਲੈਂਦੇ ਸੀ ਤੇ ਪੰਜਾਬ ਦੇ ਵਿੱਚ ਆਸਾਨੀ ਦੇ ਨਾਲ ਜਿਹੜਾ ਉਹਨਾਂ ਨੂੰ ਨਸ਼ਾ ਮਿਲ ਰਿਹਾ ਸੀ ਇਸ ਕਰਕੇ ਪੰਜਾਬ ਨਹੀਂ ਛੱਡਿਆ ਗਿਆ ਉਹਨਾਂ ਤੋਂ ਹਾਲਾਂਕਿ ਗੋਲਡੀ ਬਰਾੜ ਦੇ ਵੱਲੋਂ ਇਹ ਆਕਿਆ ਗਿਆ ਸੀ ਜੇ ਤੁਸੀਂ ਪੰਜਾਬ ਛੱਡਦੇ ਹੋ ਵਾਰਦਾਤ ਤੋਂ ਬਾਅਦ ਪੰਜਾਬ ਛੱਡਦੇ ਹੋਏਗਾ ਲਾਕੀ ਗਈ ਸੀ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਚੱਪੇ-ਚੱਪੇ ਤੇ ਨਾਕੇਬੰਦੀ ਕਰੂਗੀ ਪੰਜਾਬ ਪੁਲਿਸ ਪਾਲਣ ਦੀ ਕੋਸ਼ਿਸ਼ ਕਰੂਗੀ ਹਾਲਾਂਕਿ ਜਿਹੜੇ ਬਾਕੀ ਸ਼ੂਟਰ ਸੀਗੇ ਚਾਹੇ ਪ੍ਰੇਵਰਤ ਫੌਜੀ ਹੋਵੇ ਅੰਕਿਤ ਸਿਰਸਾ ਹੋਵੇ ਜਾਂ ਹੋਰ ਨਾ ਸਚਨ ਹੋਵੇ ਸੋ ਇਹ ਸਾਰੇ ਦੇ ਸਾਰੇ ਜਿਹੜੇ ਫੜੇ ਗਏ ਸੀ ਰਾਨਾ ਫਕਸ਼ ਕੋਲੇ ਜਾ ਕੇ ਗੁਜਰਾਤ ਦੇ ਕੋਲੇ ਜਾ ਕੇ ਇੱਕ ਪੋਰਟ ਦੇ ਕੋਲੇ ਫੜੇ ਗਏ ਸੀ ਗੁਜਰਾਤ ਦੇ ਪੋਰਟ ਕੋਲੋਂ ਸੋ ਜੇ ਗੱਲ ਕਰੀਏ ਇਹਨਾਂ ਦਾ ਇਹ ਵੀ ਗੁਜਰਾਤ ਤੋਂ ਫੜੇ ਗਏ ਸੀ ਪਰ ਪੰਜਾਬ ਦੇ ਵਿੱਚੋਂ ਜਿਹੜੇ ਕਹਿ ਲਈਏ ਕਿ ਰੂਪਾ ਤੇ ਮੰਨਾ ਲੁਕੇ ਹੋਏ ਸੀ ਜਿੰਨਾ ਬਾਰੇ ਪਤਾ ਲੱਗਿਆ ਸੀ ਉਹਨਾਂ ਦੇ ਉੱਤੇ ਜਿਹੜਾ ਆ ਉਹਨਾਂ ਦੇ ਨਾਲ ਮੁਕਾਬਲਾ ਹੁੰਦਾ ਪੰਜਾਬ ਪੁਲਿਸ ਦਾ ਪਿਛਲੇ ਦਿਨੀ 20 ਤਰੀਕ ਨੂੰ ਮੁਕਾਬਲਾ ਹੁੰਦਾ ਤੇ ਮੁਕਾਬਲੇ ਦੇ ਵਿੱਚ ਦੋਵਾਂ ਦਾ ਇਨਕਾਊਂਟਰ ਹੋ ਜਾਂਦਾ ਉਹਨਾਂ ਨੂੰ ਸਲਾਹ ਦਿੱਤੀ ਸੀ ਗੋਲਡੀ ਬਰਾੜ ਨੇ ਕਿ ਪੰਜਾਬ ਛੱਡ ਦਿਓ ਤੁਸੀਂ ਇਵਾਰਦਾ ਤੋਂ ਬਾਅਦ ਪੰਜਾਬ ਛੱਡਦੇ ਉੱਤੇ ਪੁਲਿਸ ਇਨਕੁਆਰੀ ਚ ਪਤਾ ਲੱਗਿਆ ਪੋਸਟਮਾਰਟ ਰਿਪੋਰਟ ਦੇ ਵਿੱਚ ਪਤਾ ਲੱਗਿਆ ਕਿ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਆਖਿਆ ਜਾ ਰਿਹਾ ਕਿ ਨਸ਼ਾ ਕਰਦੇ ਸੀ ਦੋਵੇਂ ਤੇ ਇਸ ਕਰਕੇ ਪੰਜਾਬ ਨਹੀਂ ਛੱਡਿਆ ਗਿਆ ਉਹਨਾਂ ਦੇ ਵੱਲੋਂ ਇਸ ਕਰਕੇ ਉਹਨਾਂ ਦੇ ਵੱਲੋਂ ਪੰਜਾਬ ਨਹੀਂ ਛੱਡਿਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਆਸਾਨੀ ਦੇ ਨਾਲ ਜਿਹੜੀ ਡਰੱਗ ਮਿਲ ਜਾਂਦੀ ਹੈ ਪੰਜਾਬ ਦੇ ਵਿੱਚ ਆਸਾਨੀ ਦੇ ਨਾਲ ਨਸ਼ਾ ਮਿਲ ਜਾਂਦਾ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਆ ਸੋ ਉਹਨਾਂ ਨੂੰ ਪਤਾ ਸੀ ਕਿੱਥੋਂ ਮਿਲਦਾ ਕਿਵੇਂ ਮਿਲਦਾ ਇਸ ਕਰਕੇ ਜਿਹੜਾ ਆ ਪੰਜਾਬ ਉਹਨਾਂ ਦੇ ਵੱਲੋਂ ਨਹੀਂ ਛੱਡਿਆ ਗਿਆ ਅਜਿਹਾ ਆਖਿਆ ਜਾ ਰਿਹਾ ਹੈ ਇਸੇ ਕਰਕੇ ਪੰਜਾਬ ਨਹੀਂ ਛੱਡਿਆ ਇਸੇ ਕਰਕੇ ਗੋਲਡੀ ਬਰਾਡ ਦੀ ਸਲਾਹ ਨਹੀਂ ਮੰਨੀ ਹਾਲਾਂਕਿ ਗੋਲਡੀ ਬਰਾਡ ਨੇ ਗੱਲ ਆਕੀ ਸੀ ਕਿ ਤੁਸੀਂ ਵਾਰਦਾਤ ਤੋਂ ਬਾਅਦ ਪੰਜਾਬ ਛੱਡ ਦਿਓ ਅਜਿਹਾ ਪਤਾ ਲੱਗ ਰਿਹਾ ਹੈ ਅਜਿਹਾ ਦੱਸਿਆ ਜਾ ਰਿਹਾ ਹੈ ਜੋ ਸਾਡੇ ਸੋਰਸ ਦੱਸ ਰਹੇ ਨੇ ਸੂਤਰ ਦੱਸ ਰਹੇ ਆ ਕਿ ਅਜਿਹਾ ਆਖਿਆ ਗਿਆ ਸੀ ਗੋਲਡੀ ਬਰਾਡ ਦੇ ਵੱਲੋਂ ਕਿ ਤੁਸੀਂ ਵਾਰਦਾਤ ਤੋਂ ਬਾਅਦ ਪੰਜਾਬ ਛੱਡ ਦਿਓ ਅਜਿਹੀ ਇਨਫੋਰਮੇਸ਼ਨ ਸਾਹਮਣੇ ਆ ਰਹੀ ਆ ਪਰ ਇਹਨਾਂ ਦੋਵਾਂ ਸ਼ੂਟਰਾਂ ਨੇ ਪੰਜਾਬ ਨਹੀਂ ਸੀ ਛੱਡਿਆ ਬਾਕੀਆਂ ਨੇ ਪੰਜਾਬ ਛੱਡਤਾ ਸੀ ਬਾਕੀ ਬਾਰ ਚਲੇ ਗਏ ਸੀ ਪੰਜਾਬ ਤੋਂ ਹਾਲਾਂਕਿ ਉਹਨਾਂ ਨੂੰ ਵੀ ਦਿੱਲੀ ਸਪੈਸ਼ਲ ਸੈਲ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਚਾਹੇ ਪ੍ਰਿਯਵਰਤ ਫੌਜੀ ਹੋਵੇ ਜਾਂ ਅੰਕਿਤ ਸਰਸਾ ਹੋਵੇ ਜਾਂ ਹੋਰ ਨਾਂ ਸਚਨ ਹੋਵੇ ਹੋਰ ਨਾਂ ਜਿਹੜੇ ਨੇ ਉਹ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਰਨ ਆਫ ਕਸ਼ਕਲੋਂ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਨੂੰ ਗੁਜਰਾਤ ਦੇ ਇੱਕ ਪੋਰਟ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਰ ਜੇ ਗੱਲ ਕਰੀਏ ਮੰਨਾ ਤੇ ਰੂਪਾ ਦੀ ਮੰਨਾ ਤੇ ਰੂਪਾ ਦੀ ਭਾਲ ਜਾਰੀ ਸੀ ਦੀਪਕ ਮੁੰਡੀ ਦੀ ਭਾਲ ਵੀ ਜਾਰੀ ਹੈ ਦੀਪਕ ਮੁੰਡੀ ਵੀ ਇੱਕ ਜਿਹੜਾ ਅ ਕਹਿ ਸਕਦੇ ਹਾਂ ਸਰਸਾ ਦਾ ਜਿਹੜਾ ਸਾਥੀ ਸੀ ਅੰਕਤ ਸਰਸਾ ਦਾ ਸਾਥੀ ਸੀ ਉਸ ਦੀ ਵੀ ਭਾਲ ਲਗਾਤਾਰ ਜਾਰੀ ਹੈ ਪਰ ਮੰਨਾ ਤੇ ਰੂਪਾ ਦਾ ਇਨਕਾਊਂਟਰ ਹੋ ਗਿਆ 20 ਤਰੀਕ ਨੂੰ ਮੰਨਾ ਤੇ ਰੂਪਾ ਦਾ ਅੰਮ੍ਰਿਤਸਰ ਦੇ ਪਕਣਾ ਪਿੰਡ ਦੇ ਨੇੜੇ ਜਿਹੜਾ ਇਨਕਾਊਂਟਰ ਹੋਇਆ ਕੱਲ੍ਹ ਵਾਲੀਆਂ ਤਸਵੀਰਾਂ ਵੀ ਤੁਹਾਈਆਂ ਦਿਖਾਈਆਂ ਸੀ ਤੁਹਾਨੂੰ ਕਿਵੇਂ ਗੋਲੀਬਾਰੀ ਹੋਈ ਸੀ ਗੋਲੀਬਾਰੀ ਦੇ ਵਿੱਚ ਭਾਰੀ ਨੁਕਸਾਨ ਹੋਇਆ ਦੋਵੇਂ ਪਾਸਿਓਂ ਜਿਹੜੀ ਫਾਇਰਿੰਗ ਹੋਈ ਸੀ ਉਸ ਦੇ ਵਿੱਚ ਭਾਰੀ ਨੁਕਸਾਨ ਹੋਇਆ ਕਿਉਂਕਿ ਜਿਹੜੀਆਂ ਪੁਲਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਉੱਪਰੋਂ ਫਾਇਰਿੰਗ ਕੀਤੀ ਗਈ ਚਾਰੇ ਪਾਸਿਓਂ ਘੇਰ ਕੇ ਸੋ ਜਿਹੜਾ ਘਰ ਸੀ ਉਸ ਦਾ ਵੀ ਉਹ ਸਾਹਮਣੇ ਆਏ ਨੇ ਵਿਖਰੇ ਹੋਏ ਨੇ ਕਹਿ ਸਕਦੇ ਹਾਂ ਕਿ ਖਲਰ ਕੇ ਜਿਹੜੀ ਫਾਇਰਿੰਗ ਕੀਤੀ ਗਈ ਹੈ ਚਾਰੇ ਪਾਸਿਓਂ ਫਾਇਰਿੰਗ ਹੋਈ ਕਿਉਂਕਿ ਤੇ ਜੇ ਗੱਲ ਕਰੀਏ ਤਾਂ ਸਲਾਹ ਜਿਹੜੀ ਦਿੱਤੀ ਗਈ ਸੀ ਗੋਲਡੀ ਬਰਾੜ ਦੇ ਵੱਲੋਂ ਕਿਉਂਕਿ ਕੋਈ ਵੀ ਵਾਰਦਾਤ ਹੁੰਦੀ ਹੈ ਕੋਈ ਵੀ ਵਾਰਦਾਤ ਨੂੰ ਅੰਜਾਮ ਜਦੋਂ ਗੈਂਗਸਟਰ ਦਿੰਦੇ ਆ ਜੇ ਕਹਿ ਲੋ ਕਿ ਪੰਜਾਬ ਦੇ ਵਿੱਚ ਦਿੱਤਾ ਜਾਊਗਾ ਤਾਂ ਪੰਜਾਬ ਤੋਂ ਬਾਹਰ ਵਾਕੀ ਜਿਹੜਾ ਆ ਭੱਜ ਜਾਣਗੇ ਜੇ ਕਿਤੇ ਹੋਰ ਸਟੇਟ ਦੇ ਵਿੱਚ ਜੇ ਯੂਪੀ ਦੇ ਵਿੱਚ ਕੋਈ ਵਾਰਦਾਤ ਹੁੰਦੀ ਹੈ ਕਿਸੇ ਗੈਂਗਸਟਰ ਦੇ ਵੱਲੋਂ ਤਾਂ ਉਹ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਸ਼ੈਲਟਰ ਲੈਂਦੇ ਆ ਕਿਉਂਕਿ ਉੱਥੋਂ ਦੀ ਜਿਹੜੀ ਪੁਲਿਸ ਹੈ ਉਸ ਤਰਕ ਹੋ ਜਾਂਦੀ ਹੈ ਜੇ ਕੋਈ ਵਾਰਦਾਤ ਹੋਈ ਹੈ 바ਾਕੀ ਤੁਹਾਡੇ ਯਾਦ ਹੋ ਜਦੋਂ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਕਤਲ ਹੋ ਜਾਂਦਾ ਉਸ ਤੋਂ ਬਾਅਦ ਪੁਲਿਸ ਤਰਕ ਹੋ ਗਈ ਸੀ ਉਸ ਤੋਂ ਬਾਅਦ ਨਾਕੇਬੰਦੀਆਂ ਵੀ ਹੋਈਆਂ ਉਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਸਰਚ ਆਪਰੇਸ਼ਨ ਵੀ ਚੱਲੇ ਕਿ ਜਲਦੀ ਤੋਂ ਜਲਦੀ ਜਿਹੜੇ ਕਾਬੂ ਕਰ ਲਏ ਜਾਣ ਜਿਹੜੇ ਹਥਿਆਰੇ ਸੀਗੇ ਪਰ ਜੇ ਗੱਲ ਕਰ ਲਈਏ ਕਿ ਜਿਹੜੇ ਸ਼ੈਲਟਰ ਲੈਣ ਦੀ ਗੱਲ ਸੀਗੀ ਕਿ ਇਹਨਾਂ ਨੇ ਸ਼ੈਲਟਰ ਬਾਹਰ ਕਿਉਂ ਨਹੀਂ ਲਿਆ ਪੰਜਾਬ 'ਚ ਹੀ ਕਿਉਂ ਰੁਕੇ ਰਹੇ ਪੰਜਾਬ 'ਚ ਹੀ ਕਿਉਂ ਲੁਕੇ ਰਹੇ ਦੋਵੇਂ ਗੈਂਗਸਟਰ ਰੂਪਾ ਤੇ ਮੰਨਾ ਇਹਨਾਂ ਬਾਰੇ ਪਤਾ ਲੱਗਿਆ ਕਿ ਦੋਵੇਂ ਨਸ਼ਾ ਕਰਦੇ ਸੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਪਤਾ ਲੱਗਿਆ ਨਾਲ ਹੀ ਨਾਲ ਪੁਲਿਸ ਇਨਕੁਆਰੀ ਦੱਸ ਰਹੀ ਹੈ ਪੁਲਿਸ ਦੇ ਵਿੱਚ ਪਤਾ ਪੁਲਿਸ ਦੀ ਇਨਕੁਆਰੀ ਜਿਹੜੀ ਦੱਸ ਰਹੀ ਹੈ ਕਿ ਦੋਵੇਂ ਨਸ਼ੇ ਦੇ ਆਦੀ ਸੀ ਹੈਰੋਇਨ ਲੈਂਦੇ ਸੀ ਦੋਵੇਂ ਜਾਨੇ ਰੂਪਾ ਤੇ ਮੰਨਾ ਮੰਨਾ ਕੁਸਾ ਮੰਨੂ ਕੁੱਸਾ ਤੇ ਇਸ ਤੋਂ ਇਲਾਵਾ ਜਿਹੜਾ ਜਗਰੂਪ ਰੂਪਾ ਸੀ ਦੋਵੇਂ ਨਸ਼ਾ ਕਰਦੇ ਸੀ ਟਰੱਕ ਲੈਂਦੇ ਸੀ ਇਸ ਕਰਕੇ ਜਿਹੜਾ ਇਹਨਾਂ ਨੇ ਪੰਜਾਬ ਨਹੀਂ ਛੱਡਿਆ ਗਿਆ ਪੰਜਾਬ ਚ ਸੌਖਾ ਇਹਨਾਂ ਨੂੰ ਮਿਲ ਜਾਂਦਾ ਸੀ ਨਸ਼ਾ ਸੋ ਇਹਨਾਂ ਨੂੰ ਸੀ ਕਿ ਬਾਹਰ ਜਾ ਕੇ ਕਿਤੇ ਨਸ਼ਾ ਨਾ ਮਿਲੂਗਾ ਤੇ ਇਸ ਕਰਕੇ ਜਿਹੜਾ ਆਦੀ ਸੀਗੇ ਨਸ਼ੇ ਦੇ ਸੋ ਤੋੜ ਲੱਗਣੀ ਸੀ ਬਾਹਰ ਜਾ ਕੇ ਨਸ਼ਾ ਨਹੀਂ ਮਿਲਣਾ ਸੀ ਸੌਖਾ ਨਹੀਂ ਸੀ ਮਿਲਣਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਹੀ ਲੁਕੇ ਰਹੇ ਪੰਜਾਬ ਦੇ ਵਿੱਚ ਪਹਿਲਾਂ ਸਮਾਲਸਰ ਦੇ ਨਜ਼ਦੀਕ ਤਸਵੀਰਾਂ ਸਾਹਮਣੇ ਆਈਆਂ ਇੱਕ ਮੋਟਰਸਾਈਕਲ ਦੇ ਉੱਤੇ ਬੈਠੇ ਦੋਵੇਂ ਜਾ ਰਹੇ ਆ ਮੋਗੇ ਜ਼ਿਲ੍ਹੇ ਦਾ ਇੱਕ ਕਸਬਾ ਹੈ ਸਮਾਲਸਰ ਉੱਥੋਂ ਦੀਆਂ ਤਸਵੀਰਾਂ ਸਾਹਮਣੇ ਪਿੰਡ ਦੇ ਵਿੱਚ ਜਾ ਕੇ ਇਨਕਾਊਂਟਰ ਹੁੰਦਾ ਹੈ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਫਿਰ ਇਨਕਾਊਂਟਰ ਹੋ ਜਾਂਦਾ ਪਰ ਗੋਲਡੀ ਬਰਾੜ ਨੇ ਇੱਕ ਸਲਾਹ ਦਿੱਤੀ ਸੀ ਕਿਹਾ ਜਾ ਰਿਹਾ ਕਿ ਗੋਲਡੀ ਬਰਾੜ ਨੇ ਕਿਹਾ ਸੀ ਕਿ ਵਾਰਦਾਤ ਤੋਂ ਬਾਅਦ ਤੁਸੀਂ ਪੰਜਾਬ ਛੱਡ ਦਿਓ ਵਾਰਦਾਤ ਤੋਂ ਬਾਅਦ ਪੰਜਾਬ ਨਾ ਰੁਕਿਓ ਕਿਉਂਕਿ ਪੁਲਿਸ ਸਤਰਕ ਹੋ ਜੂਗੀ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਕੀਤਾ ਜਾਊਗਾ ਤੁਹਾਨੂੰ ਫੜਨ ਦੀਆਂ ਕੋਸ਼ਿਸ਼ਾਂ ਹੋਣਗੀਆਂ ਹਾਲਾਂਕਿ ਲੰਮਾ ਸਮਾਂ ਜੇ ਗੱਲ ਕਰ ਲਈਏ ਆਪਾਂ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ 2 ਮਹੀਨੇ ਹੋਣ ਵਾਲੇ ਸੀ ਜੇ ਗੱਲ ਕਰ ਲਈਏ ਕਿਉਂਕਿ 29 ਮਈ ਨੂੰ ਸਿੱਧੂ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ 29 ਜੂਨ ਲੰਘੀ ਉਸ ਤੋਂ ਬਾਅਦ ਹੁਣ 29 ਜਿਹੜੀ ਹੈ ਜੁਲਾਈ ਆਉਣ ਵਾਲੀ ਹੈ ਤੇ 20 ਜੁਲਾਈ ਨੂੰ ਇਹਨਾਂ ਦਾ ਇਨਕਾਊਂਟਰ ਹੋਇਆ ਹੈ 2 ਮਹੀਨੇ ਲੁਕੇ ਰਹੇ ਪੰਜਾਬ ਦੇ ਵਿੱਚ ਦੋਵੇਂ ਸ਼ੂਟਰ ਤੇ ਦੋ ਮਹੀਨੇ ਲੁਕਣ ਦਾ ਕਾਰਨ ਕੀ ਸੀ ਦੋ ਮਹੀਨਿਆਂ ਤੱਕ ਲੁਕੇ ਰਹੇ ਕਿਹਾ ਜਾ ਰਿਹਾ ਹੈ ਕਿ ਦੋ ਮਹੀਨੇ ਇਸ ਕਰਕੇ ਪੰਜਾਬ ਚ ਲੁਕੇ ਰਹੇ ਕਿ ਪੰਜਾਬ ਦੇ ਵਿੱਚ ਨਸ਼ਾ ਸੌਖਾ ਮਿਲ ਜਾਂਦਾ ਸੀ ਇਹਨਾਂ ਨੂੰ ਸੋ ਸੈਲ ਸੀਗੇ ਇਹਨਾਂ ਦੇ ਨਸ਼ਾ ਇਹਨਾਂ ਨੂੰ ਮਿਲ ਜਾਂਦਾ ਸੀ ਪ੍ਰੋਵਾਈਡ ਹੋ ਜਾਂਦਾ ਸੀ ਸੌਖਾ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਲੁਕੇ ਰਹੇ ਹੈ ਜੱਗੂ ਭਗਵਾਨਪੁਰਿਆ ਤੋਂ ਵੀ ਪੁੱਛ ਕੇ ਛੁਈਆ ਜੱਗੂ ਭਗਵਾਨਪੁਰਿਆ ਨੇ ਵੀ ਮੰਨਿਆ ਕਿ ਮੈਂ ਲਾਰੈਂਸ ਨੂੰ ਉਥੇ ਹਾਰ ਲਿਆ ਕੇ ਦਿੱਤੇ ਸੋ ਇਹਨਾਂ ਦਾ ਵੀ ਜੱਗੂ ਦੇ ਕੋਲੋਂ ਹੀ ਪਤਾ ਲੱਗ ਸਕਿਆ ਜੱਗੂ ਭਗਵਾਨਪੁਰਿਆ ਦੀ ਪੁੱਛਗਿੱਛ ਤੋਂ ਹੀ ਪਤਾ ਲੱਗਿਆ ਮੰਨਿਆ ਕੁੱਸੇ ਦਾ ਮੰਨੂ ਕੁੱਸੇ ਦਾ ਤੇ ਇਸ ਤੋਂ ਇਲਾਵਾ ਜਿਹੜਾ ਦੂਸਰਾ ਨਾਂ ਜਗਰੂਪ ਰੂਪਾ ਦੋਵੇਂ ਸ਼ੂਟਰਾਂ ਦਾ ਜੱਗੂ ਭਗਵਾਨਪੁਰਿਆ ਦੀ ਪੁੱਛਕਿਛ ਦੇ ਦੌਰਾਨ ਹੀ ਪਤਾ ਲੱਗਿਆ ਕਿ ਦੋਵੇਂ ਕਿੱਥੇ ਲੁਕੇ ਹੋਏ ਆ ਪਹਿਲਾਂ ਸਮਾਲਸਰ ਬਾਰੇ ਜਦੋਂ ਜੱਗੂ ਭਗਵਾਨਪੁਰਿਆ ਨੇ ਦੱਸਿਆ ਕਿ ਸਮਾਲਸਰ ਦੇ ਨਜ਼ਦੀਕ ਹੈ ਮੋਗੇ ਦੇ ਨਜ਼ਦੀਕ ਹੈ ਤਾਂ ਸਮਾਲਸਰ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਪਰ ਉਸ ਤੋਂ ਬਾਅਦ ਜਦੋਂ ਸਮਾਲਸਰ ਦੀਆਂ ਤਸਵੀਰਾਂ ਮੀਡੀਆ ਦੇ ਵਿੱਚ ਆ ਜਾਂਦੀਆਂ ਫਲੈਸ਼ ਹੁੰਦੀਆਂ ਨੇ ਉਸ ਤੋਂ ਬਾਅਦ ਇਹ ਜਿਹੜੇ ਆ ਅੰਮ੍ਰਿਤਸਰ ਵਾਲੀ ਸਾਈਡ ਮਾਝੇ ਵਾਲੀ ਸਾਈਡ ਚਲੇ ਜਾਂਦੇ ਆ ਬਾਰਡਰ ਦੇ ਨਜ਼ਦੀਕ ਚਲੇ ਜਾਂਦੇ ਆ ਸੋ ਪੱਕਣਾ ਪਿੰਡ

ਤੇ ਉਸ ਮੁਕਾਬਲੇ ਦੇ ਵਿੱਚ ਦੋਵਾਂ ਦਾ ਇਨਕਾਊਂਟਰ ਹੋ ਗਿਆ ਦੋਵੇਂ ਮਾਰੇ ਗਏ ਪਰ ਜੇ ਗੱਲ ਕਰੀਏ ਗੋਲਡੀ ਬਰਾੜ ਨੇ ਪਹਿਲਾਂ ਹੀ ਸੁਚੇਤ ਕਰਤਾ ਸੀ ਇਹਨਾਂ ਦੋਵਾਂ ਨੂੰ ਗੋਲਡੀ ਬਰਾੜ ਨੇ ਇਹਨਾਂ ਦੋਵਾਂ ਨੂੰ ਨਹੀਂ ਸਕੋ ਬਾਕੀ ਜਿਹੜੇ ਸ਼ੂਟਰ ਸੀਗੇ ਬਾਕੀ ਸ਼ੂਟਰ ਜੇ ਗੱਲ ਕਰ ਲਈਏ ਅੰਕਤ ਸਰਸਾ ਪੰਜਾਬ ਦਾ ਨਹੀਂ ਆ ਪ੍ਰਿਯਵਰਤ ਫੌਜੀ ਵੀ ਪੰਜਾਬ ਦਾ ਨਹੀਂ ਆ ਸੋ ਜਿਹੜੇ ਹੋਰ ਸੀਗੇ ਉਹ ਪਹਿਲਾਂ ਹੀ ਉਹ ਪੰਜਾਬ ਦੇ ਨਹੀਂ ਸੀਗੇ ਪੰਜਾਬ ਦੇ ਨਹੀਂ ਸੀ ਇਹ ਦੋਵੇਂ ਪੰਜਾਬ ਦੇ ਸੀਗੇ ਸੋ ਇਹ ਦੋਵੇਂ ਨਾਂ ਪੰਜਾਬ ਦੇ ਸੀ ਤੇ ਪੰਜਾਬ ਦੇ ਵਿੱਚ ਹੀ ਰਹੇ ਇਹ ਸੋ ਇਹਨਾਂ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਗੋਲਡੀ ਬਰਾੜ ਦੇ ਵੱਲੋਂ ਕਿ ਤੁਸੀਂ ਪੰਜਾਬ ਛੱਡ ਦਿਓ ਜੇ ਵਾਰਦਾਤ ਨੂੰ ਅੰਜਾਮ ਦੇਤਾ ਜੇ ਸਿੱਧੂ ਦਾ ਕਤਲ ਹੋ ਗਿਆ ਜੇ ਫਾਇਰਿੰਗ ਦੇ ਦੌਰਾਨ ਸਿੱਧੂ ਮਾਰਿਆ ਗਿਆ ਜਾਂ ਉਸ ਦਾ ਕਤਲ ਹੋ ਗਿਆ ਉਸ ਤੋਂ ਬਾਅਦ ਤੁਸੀਂ ਜਿਹੜਾ ਆ ਪੰਜਾਬ ਜ਼ਰੂਰ ਛੱਡ ਦਿਓ ਕਿਉਂਕਿ ਪੁਲਿਸ ਸਤਰਕ ਹੋ ਜੂਗੀ ਪੁਲਿਸ ਜਿਹੜੀ ਹੈ ਉਹ ਫੜਨ ਦੀਆਂ ਕੋਸ਼ਿਸ਼ਾਂ ਕਰੂਗੀ ਸਰਚ ਆਪਰੇਸ਼ਨ ਚਲਾਊਗੀ ਤੁਹਾਨੂੰ ਜਲਦੀ ਫੜ ਲਿਆ ਜਾਊਗਾ ਪਹਿਲਾਂ ਹੀ ਸਤਰਕ ਕਰ ਦਿੱਤਾ ਗਿਆ ਸੀ 골ਡੀ ਬਰਾਡ ਦੇ ਵੱਲੋਂ ਇਹਨਾਂ ਨੂੰ ਪਰ ਇਹਨਾਂ ਨੇ ਪੰਜਾਬ ਨਹੀਂ ਛੱਡਿਆ ਜਿਸ ਤੋਂ ਬਾਅਦ ਇਨਕਾਊਂਟਰ ਇਹਨਾਂ ਦਾ ਹੋ ਗਿਆ तकरीबन 2 ਮਹੀਨੇ ਦਾ ਸਮਾਂ ਜੇ ਆਪਾਂ 9 ਦਿਨ ਕੱਢ ਦਈਏ ਉਤਲੇ ਤਾਂ ਪੂਰੇ 2 ਮਹੀਨੇ ਬਣਦੇ ਆ 2 ਮਹੀਨੇ ਪੰਜਾਬ ਦੇ ਵਿੱਚ ਰਹੇ 2 ਮਹੀਨੇ ਪੁਲਿਸ ਨੂੰ ਨਹੀਂ ਪਤਾ ਲੱਗਿਆ ਕਿ ਕਿੱਥੇ ਨੇ 2 ਮਹੀਨੇ ਲਗਾਤਾਰ ਭਾਲ ਜਾਰੀ ਰਹੀ 2 ਮਹੀਨੇ ਜਿਹੜਾ ਦਿੱਲੀ ਪੁਲਿਸ ਵੀ ਜਿਹੜਾ ਭਾਲ ਕਰਦੀ ਰਹੀ ਦਿੱਲੀ ਪੁਲਿਸ ਦੇ ਵੱਲੋਂ ਬਾਕੀਆਂ ਦੀ ਗ੍ਰਿਫਤਾਰੀ ਹੋ ਗਈ ਸੀ ਦਿੱਲੀ ਸਪੈਸ਼ਲ ਸੈਲ ਦੇ ਵੱਲੋਂ ਪਰ ਪੰਜਾਬ ਪੁਲਿਸ ਦੇ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਪਾਈ ਗਈ ਸੀ ਹਾਲਾਂਕਿ ਰਿਮਾਂਡ ਤੇ ਲਿਆਂਦਾ ਗਿਆ ਟ੍ਰਾਂਜਿਟ ਰਿਮਾਂਡ ਤੇ ਲਿਆਂਦਾ ਗਿਆ ਲਾਰੈਂਸ ਬਿਸ਼ਨੂਈ ਨੂੰ ਜੱਗੂ ਭਗਵਾਨਪੁਰਿਆ ਨੂੰ ਹੋਰ ਗੈਂਗਸਟਰਸ ਤੋਂ ਪੁੱਛ ਕੇ 취ਈ ਸੋ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਦੋਵੇਂ ਜਿਹੜੇ ਆ ਇਹ ਮਾਝੇ ਦੇ ਵਿੱਚ ਲੁਕੇ ਹੋਏ ਆ ਜੱਗੂ ਭਗਵਾਨਪੁਰਿਆ ਨੇ ਦੱਸਿਆ ਮਾਝੇ ਦੇ ਵਿੱਚ ਲੁਕੇ ਆ ਜਿਸ ਤੋਂ ਬਾਅਦ 20 ਤਰੀਕ ਨੂੰ ਮੁਕਾਬਲਾ ਹੁੰਦਾ ਹਾਲਾਂਕਿ ਗੋਲਡੀ ਬਰਾੜ ਨੇ ਪਹਿਲਾਂ ਕਹਤਾ ਸੀ ਕਿ ਤੁਸੀਂ ਪੰਜਾਬ ਰਿਓ ਪੰਜਾਬ ਨਾ ਰਿਓ ਪੰਜਾਬ ਨਾਰਿਓ ਇਹ ਕਿ ਆ ਅਸੀਂ ਪਰੇ ਫਿਰ ਵੀ ਰੁਕੇ ਰਹੇ ਹਾਲਾਂਕਿ ਸੰਪਰਕ ਹੋਇਆ ਹੋਊਗਾ ਜਾਂ ਨਹੀਂ ਹੋਇਆ ਹੋਊਗਾ ਗੋਲਡੀ ਨਾਲ ਬਾਅਦ ਦੇ ਵਿੱਚ ਇਹ ਨਹੀਂ ਪਤਾ ਇਹ ਜਾਂਚ ਦਾ ਵਿਸ਼ਾ ਪੁਲਿਸ ਇਨਕੁਆਇਰੀ ਕਰ ਰਹੀ ਆ ਪਰ ਕਿਉਂਕਿ ਦੋਵੇਂ ਜਾਨੇ ਜਿਹੜੇ ਆ ਇਨਕਾਊਂਟਰ ਚ ਮਾਰੇ ਗਏ ਸੋ ਜੇ ਕਿਤੇ ਨਾ ਕਿਤੇ ਫੜਿਆ ਜਾਂਦਾ ਤਾਂ ਕਈ ਕੁਝ ਦੱਸ ਵੀ ਸਕਦੇ ਸੀ ਪੁਲਿਸ ਅਧਿਕਾਰੀ ਇਹ ਵੀ ਕਹਿ ਰਹੇ ਆ ਕਿਉਂਕਿ ਪਰ ਮੁਕਾਬਲਾ ਹੋ ਗਿਆ ਜਦੋਂ ਪੁਲਿਸ ਜਾਂਦੀ ਆ ਤਾਂ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ ਬਾਅਦ ਦੇ ਵਿੱਚ ਪੁਲਿਸ ਕਹਿੰਦੀ ਆ ਕਿ ਅਸੀਂ ਡਿਫੈਂਸ ਦੇ ਲਈ ਫਾਇਰਿੰਗ ਕਰਦੇ ਆ ਤੇ ਜਦੋਂ ਡਿਫੈਂਸ ਦੇ ਲਈ ਅਸੀਂ ਫਾਇਰਿੰਗ ਕਰਦੇ ਆ ਤਾ ਇਹ ਦੋਵੇਂ ਜਣੇ ਜਿਹੜੇ ਆ ਉਹ ਮਾਰੇ ਜਾਂਦੇ ਆ ਕਿਉਂਕਿ ਆਟੋਮੈਟਿਕ ਹਥਿਆਰ ਸੀ ਉਹਨਾਂ ਦੇ ਕੋਲੇ ਜੇ ਕਹਿ ਲਈਏ ਕਿ ਜਿਹੜੇ ਹਥਿਆਰ ਵਰਤੇ ਗਏ ਸੀ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ 1K47 ਵਰਤੀ ਗਈ ਸੀ ਉਹੀ 1K47 ਬਰਾਮਦ ਵੀ ਕੀਤੀ ਆ ਪੁਲਿਸ ਨੇ ਉਸੇ 1K47 ਦੇ ਨਾਲ ਮੰਨੂ ਕੁੱਸੇ ਦੇ ਵੱਲੋਂ ਪੱਕਣਾ ਪਿੰਡ ਦੇ ਵਿੱਚ ਵੀ ਫਾਇਰ ਕੀਤੇ ਜਾਂਦੇ ਆ ਪੁਲਿਸ ਦੇ ਉੱਤੇ ਜਦੋਂ ਪੁਲਿਸ ਘੇਰ ਲੈਂਦੀ ਆ ਇੱਕ ਘਰ ਦੇ ਵਿੱਚ ਦੋਵੇਂ ਜਣੇ ਜਾ ਕੇ ਲੁਕਦੇ ਨੇ ਜਗਰੂਪ ਰੂਪਾ ਤੇ ਮੰਨੂ ਕੁਸਾ ਸੋ ਗੋਲਡੀ ਬਰਾੜ ਬਾਰੇ ਕਿਹਾ ਜਾ ਰਿਹਾ ਗੋਲਡੀ ਬਰਾੜ ਨੇ ਪਹਿਲਾਂ ਹੀ ਤਰਕ ਕਰਤਾ ਸੀ ਗੋਲਡੀ ਬਰਾੜ ਨੇ ਕਾਲ ਕਰਕੇ ਜਾਂ ਉਸ ਤੋਂ ਪਹਿਲਾਂ ਵੀ ਜੇ ਗੱਲ ਕਰ ਲਈਏ ਜਦੋਂ ਵਾਰਦਾਤ ਨੂੰ ਅੰਜਾਮ ਦੇਣਾ ਸੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਇਹ ਗੱਲ ਆਕੀ ਸੀ ਕਿ ਪੰਜਾਬ ਤੋਂ ਬਾਹਰ ਚਲੇ ਜਾਓ ਪੰਜਾਬ ਦੇ ਵਿੱਚ ਨਾ ਰੁਕਿਓ ਨਹੀਂ ਤਾਂ ਫੜੇ ਜਾਓਗੇ ਪਰ ਪੰਜਾਬ ਦੇ ਵਿੱਚ ਦੋਵੇਂ 2 ਮਹੀਨਿਆਂ ਤੱਕ ਰੁਕੇ ਰਹੇ ਇਹ ਕਿਹਾ ਜਾ ਰਿਹਾ ਇਸੇ ਕਰਕੇ ਰੁਕੇ ਰਹੇ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਇਹਨਾਂ ਨੂੰ ਸੌਖਾ ਮਿਲ ਰਿਹਾ ਸੀ ਨਸ਼ੇ ਦੇ ਆਦੀ ਸੀਗੇ ਪਤਾ ਸੀ ਕਿੱਥੋਂ ਮਿਲਦਾ ਕੌਣ ਲਿਆ ਕੇ ਦਊਗਾ ਸੋ ਸੌਖਾ ਸੀ ਪੰਜਾਬ ਦੇ ਵਿੱਚ ਨਸ਼ਾ ਲੈਣਾ ਇਹਨਾਂ ਨੂੰ ਕਿਉਂਕਿ ਪਹਿਲਾਂ ਹੀ ਜਿਹੜਾ ਹੈਰੋਇਨ ਲੈਂਦੇ ਸੀ ਸੋ ਇਸ ਕਰਕੇ ਸੌਖਾ ਹੋ ਗਿਆ ਸੀ ਨਸ਼ਾ ਲੈਣਾ ਸੋ ਕਿਹਾ ਜਾ ਸਕਦਾ ਹੈ ਕਿ ਨਸ਼ੇ ਦੇ ਆਦੀ ਸੀ ਇਸੇ ਕਰਕੇ ਪੰਜਾਬ ਰੁਕੇ ਰਹੇ ਕਹਿ ਰਹੇ ਸੀ ਕਿ ਜੇ ਬਾਹਰ ਜਾਵਾਂਗੇ ਪੰਜਾਬ ਤੋਂ ਉੱਥੇ ਨਸ਼ਾ ਲੈਣਾ ਔਕਾ ਆਊਗਾ ਸੋ ਇਸ ਕਰਕੇ ਜਿਹੜਾ ਆ ਪੰਜਾਬ ਦੇ ਵਿੱਚ ਰੁਕੇ ਰਹੇ ਤੇ ਪਰ 2 ਮਹੀਨਿਆਂ ਬਾਅਦ ਇਨਕਾਊਂਟਰ ਹੋ ਗਿਆ ਹਾਲਾਂਕਿ ਗੋਲਡੀ ਬਰਾੜ ਨੇ ਕਿਹਾ ਸੀ ਕਿ ਪੰਜਾਬ ਨਾ ਰੁਕਿਓ ਪੰਜਾਬ ਨਾ ਰੁਕਿਓ ਵਾਰਦਾਤ ਤੋਂ ਬਾਅਦ ਬਾਹਰ ਕਿਤੇ ਚਲੇ ਜਾਇਓ ਪੰਜਾਬ ਤੋਂ ਬਾਹਰ ਕਿਤੇ ਹੋਰ ਸਟੇਟ ਦੇ ਵਿੱਚ ਚਲੇ ਜਾਇਓ ਕਿਤੇ ਹੋਰ ਜਾ ਕੇ ਲੁਕਜੋ ਪਰ ਇਹ ਪੰਜਾਬ ਦੇ ਵਿੱਚ ਰਹੇ ਕਿਉਂਕਿ ਨਸ਼ੇ ਦੇ ਆਦੀ ਸੀ ਕਿਹਾ ਜਾ ਰਿਹਾ ਪੁਲਿਸ ਇਨਕੁਆਰੀ ਦੇ ਵਿੱਚ ਇਹ ਪਤਾ ਲੱਗਿਆ ਸਾਡੇ ਸੋਰਸ ਦੱਸ ਰਹੇ ਆ ਤੇ ਪੁਲਿਸ ਇਨਕੁਆਰੀ ਦੇ ਵਿੱਚ ਪਤਾ ਲੱਗਿਆ ਕਿ ਦੋਵੇਂ ਹੈਰੋਇਨ ਲੈਂਦੇ ਸੀ ਤੇ ਪੰਜਾਬ ਦੇ ਵਿੱਚ ਸੌਖਾ ਮਿਲ ਗਿਆ ਨਸ਼ਾ ਇਸ ਕਰਕੇ ਪੰਜਾਬ ਦੇ ਵਿੱਚ ਲੁਕੇ ਰਹੇ ਤੇ 2 ਮਹੀਨਿਆਂ ਬਾਅਦ ਜਿਹੜਾ ਇਹਨਾਂ ਦਾ ਇਨਕਾਊਂਟਰ ਹੋ ਗਿਆ ਪਰ ਪਹਿਲਾਂ ਹੀ ਜਿਹੜਾ ਸਤਰਕ ਕਰ ਦਿੱਤਾ ਸੀ ਗੋਲਡੀ ਬਰਾੜ ਨੇ ਗੋਲਡੀ ਬਰਾੜ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੁਸੀਂ ਪੰਜਾਬ ਤੋਂ ਬਾਹਰ ਚਲੇ ਜਾਓ ਪੰਜਾਬ ਤੋਂ ਬਾਹਰ ਚਲੇ ਜਾਏ ਵੇ ਗੱਲ ਆਖੀ ਗਈ ਸੀ ਕਿਉਂਕਿ ਕੋਈ ਵੀ ਵਾਰਦਾਤ ਹੁੰਦੀ ਹੈ ਜੇ ਕੋਈ ਹਰਿਆਣੇ ਦਾ ਗੈਂਗਸਟਰ ਵਾਰਦਾਤ ਕਰ ਦੋ ਪੰਜਾਬ ਚ ਆ ਕੇ ਲੁਕ ਜਾਂਦਾ ਜੇ ਪੰਜਾਬ ਦਾ ਕਰਦਾ ਹੈ ਹਰਿਆਣੇ ਯੂਪੀ ਜਾਂ ਹੋਰ ਸਾਈਡ ਚ ਲਿਆ ਜਾਂਦਾ ਇਹ ਅਕਸਰ ਦੇਖਿਆ ਜਾਂਦਾ ਹੈ ਯੂਪੀ ਦੇ ਵਿੱਚ ਵੀ ਤੁਹਾਡੇ ਯਾਦ ਹੋ ਯੂਪੀ ਦੇ ਵਿੱਚ ਵੀ ਇਨਕਾਊਂਟਰ ਹੋਏ ਸੀ ਯੂਪੀ ਦੇ ਵਿੱਚ ਵੀ ਕਈ ਗੈਂਗਸਟਰਸ ਦੇ ਇਨਕਾਊਂਟਰ ਹੋਏ ਜਿਸ ਤੋਂ ਪਹਿਲਾਂ ਜਦੋਂ ਵਾਰਦਾਤਾਂ ਹੁੰਦੀਆਂ ਰਹੀਆਂ ਯੂਪੀ ਤੇ ਪੰਜਾਬ ਦਾ ਵੀ ਬਹੁਤ ਗੂੜਾ ਨਾਤਾ ਰਿਹਾ ਹੈ ਜੇ ਗੱਲ ਕਰ ਲਈਏ ਸੰਦੀਪ ਭਾਉ ਤੋਂ ਗੱਲ ਕਰ ਲਈਏ ਜਾਂ ਡੈਂਪੀ ਚੰਦਪਾਣ ਤੋਂ ਗੱਲ ਕਰ ਲਈਏ ਉੱਥੋਂ ਲੈ ਕੇ ਜਿਹੜਾ ਪੰਜਾਬ ਦਾ ਤੇ ਯੂਪੀ ਦਾ ਗੂੜਾ ਨਾਤਾ ਰਿਹਾ ਹੈ ਯੂਪੀ ਦੇ ਗੈਂਗਸਟਰ ਪੰਜਾਬ ਦੇ ਜਿਹੜੇ ਗੈਂਗਸਟਰ ਆ ਆਪਸ ਦੇ ਵਿੱਚ ਤਾਲਮੇਲ ਬਹੁਤ ਜ਼ਿਆਦਾ ਰਿਹਾ ਹਾਲਾਂਕਿ ਹਰਿਆਣਾ Rajasthan ਦੀ ਗੱਲ ਸਾਈਡ ਤੇ ਰੱਖੀਏ ਪਹਿਲਾਂ ਯੂਪੀ ਤੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਯੂਪੀ ਤੇ ਪੰਜਾਬ ਦਾ ਬਹੁਤ ਵੱਡਾ ਨਾਤਾ ਰਿਹਾ ਹੈ ਡੈਂਪੀ ਤੋਂ ਲੈ ਕੇ ਰੌਕੀ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਆ ਫਿਰ ਜੈਪਾਲ ਆਉਂਦਾ ਦਵਿੰਦਰ ਬੰਬੀਹਾ ਗਰੁੱਪ ਦੀ ਜੇ ਗੱਲ ਕਰ ਰਹੇ ਉਸ ਤੋਂ ਬਾਅਦ ਲਾਰੈਂਸ ਦਾ ਨਾਮ ਆਉਂਦਾ ਪਰ ਜੇ ਹੁਣ ਆਪਾਂ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਇਸ ਵਾਰਦਾਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿਹੜੇ ਬਾਕੀ ਸ਼ੂਟਰ ਸੀਗੇ ਜਿਹੜੇ ਹਰਿਆਣੇ ਦੇ ਸ਼ੂਟਰ ਸੀ ਜਿਹੜੇ ਹੋਰ ਸੂਬਿਆਂ ਦੇ ਸ਼ੂਟਰ ਸੀ ਉਹ ਤਾਂ ਜਾ ਕੇ ਸਾਈਡ ਹੋ ਗਏ ਹਰਿਆਣੇ ਚੋਂ ਪਾਸੇ ਹੋ ਗਏ ਉਹ ਰਨ ਆਫ ਕਸ਼ ਦੇ ਕੋਲੋਂ ਫੜੇ ਗਏ ਆ ਪਹਿਲਾਂ ਪੂਨੇ ਦੇ ਕੋਲ ਨਾ ਆਉਂਦਾ ਸੀ ਕਿ ਪੂਨੇ ਦੇ ਵਿੱਚ ਦੇਖੇ ਗਏ ਫਿਰ ਗੁਜਰਾਤ ਦੇ ਵਿੱਚ ਜਾ ਕੇ ਉਹ ਫੜੇ ਜਾਂਦੇ ਪਰ ਪੰਜਾਬ ਦੇ ਜਿਹੜੇ ਇਹ ਨੌਜਵਾਨ ਸੀਗੇ ਜਿਹੜੇ ਗੈਂਗਸਟਰ ਜਿਹੜੇ ਜਿਹੜੇ ਸ਼ੂਟਰ ਜਿਨ੍ਹਾਂ ਨੂੰ ਵਰਤਿਆ ਗਿਆ ਜਿਸ ਤਰੀਕੇ ਦੇ ਨਾਲ ਇਸ ਪੂਰੀ ਦੀ ਪੂਰੀ ਵਾਰਦਾਤ ਦੇ ਵਿੱਚ ਗੋਲਡੀ ਬਰਾਡਫੋਰਾਂ ਦੇ ਵੱਲੋਂ ਜਾਂ ਲਾਰੈਂਸ ਬਿਸ਼ਨੂਈ ਗੈਂਗ ਦੇ ਵੱਲੋਂ ਸੋ ਇਹ ਪੰਜਾਬ ਦੇ ਵਿੱਚ ਹੀ ਲੁਕੇ ਰਹੇ ਪੰਜਾਬ ਦੇ ਵਿੱਚ ਹੀ ਲੁਕੇ ਰਹੇ ਦੋਵੇਂ ਤੇ ਪੰਜਾਬ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਇਨਕਾਊਂਟਰ ਹੋਇਆ ਪੰਜਾਬ ਦੇ ਵਿੱਚ ਇਸ ਕਰਕੇ ਲੁਕੇ ਰਹੇ ਕਿਉਂਕਿ ਨਸ਼ੇ ਦੇ ਆਦੀ ਸੀ ਕਹਿ ਰਹੇ ਸੀ ਕਿ ਬਾਹਰ ਨਸ਼ਾ ਨਹੀਂ ਮਿਲ ਸਕਦਾ ਬਾਹਰ ਜਿਹੜਾ ਆ ਉਹ ਨਸ਼ਾ ਨਹੀਂ ਮਿਲੂਗਾ ਇਸ ਕਰਕੇ ਪੰਜਾਬ ਦੇ ਵਿੱਚ ਹੀ ਲੁਕੇ ਰਹੇ ਤੇ ਪੰਜਾਬ ਦੇ ਵਿੱਚ ਹੀ ਇਹਨਾਂ ਦਾ ਇਨਕਾਊਂਟਰ ਹੋਇਆ 2 ਮਹੀਨੇ ਪਹਿਲਾਂ ਸੇਦੂ ਦਾ ਕਤਲ ਹੁੰਦਾ ਉਸ ਤੋਂ ਬਾਅਦ 2 ਮਹੀਨਿਆਂ ਬਾਅਦ ਪੰਜਾਬ ਪੁਲਿਸ ਨੇ ਇਨਕਾਊਂਟਰ ਕੀਤਾ ਇਹਨਾਂ ਦਾ 9 ਦਿਨ ਕੱਢ ਦਈਏ ਤਾਂ 20 ਜੁਲਾਈ 20 ਜੁਲਾਈ ਤਕਰੀਬਨ ਜਿਹੜੇ ਆ 2 ਮਹੀਨੇ ਬਣਦੇ ਆ ਜੀ ਉਤਲੇ 9 ਦਿਨ ਕੱਢ ਦਈਏ ਆਪਾਂ ਤਾਂ ਤਾਂ ਪੂਰੇ ਦੇ ਪੂਰੇ 2 ਮਹੀਨੇ ਬਣਦੇ ਆ 2 ਮਹੀਨਿਆਂ ਬਾਅਦ ਇਨਕਾਊਂਟਰ ਹੋਇਆ ਇਹਨਾਂ ਦਾ ਤੇ ਜੇ ਗੱਲ ਕਰ ਲਈਏ ਕਿਉਂ ਪੰਜਾਬ 'ਚ ਰੁਕੇ ਰਹੇ ਵੱਡਾ ਕਾਰਨ ਇਹ ਸੀ ਕਿ ਨਸ਼ੇ ਦੇ ਆਦੀ ਸੀ ਹੈਰੋਇਨ ਲੈਂਦੇ ਸੀ ਇਸ ਕਰਕੇ ਕਹਿ ਰਹੇ ਸੀ ਕਿ ਪੰਜਾਬ ਤੋਂ ਬਾਹਰ ਜੇ ਜਾਵਾਂਗੇ ਤਾ ਤੋੜ ਲੱਗੂਗੀ ਨਸ਼ਾ ਔਖਾ ਮਿਲੂਗਾ ਪਤਾ ਨਹੀਂ ਕਿੱਥੋਂ ਮਿਲਦਾ ਜੋ ਪੰਜਾਬ ਦੇ ਵਿੱਚ ਸੈਲ ਸੀਗੇ ਪੰਜਾਬ ਦੇ ਵਿੱਚ ਉਹ ਪਹਿਲਾਂ ਹੀ ਜਦੋਂ ਹਰੋਇਨ ਲੈਂਦੇ ਸੀ ਸੋ ਇਸ ਕਰਕੇ ਸੌਖਾ ਜਿਹੜਾ ਨਸ਼ਾ ਮਿਲਦਾ ਸੀ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਦੋਵੇਂ ਇਹ ਸ਼ੂਟਰ ਜਿਹੜੇ ਆ ਲੋਕੇ ਰਹੇ ਆ ਪਰ ਦੋ ਮਹੀਨਿਆਂ ਬਾਅਦ ਜਿਹੜਾ ਇਹਨਾਂ ਦਾ ਐਨਕਾਊਂਟਰ ਹੋ ਗਿਆ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਜਦੋਂ ਜੱਗੂ ਭਗਵਾਨਪੁਰਿਆ ਦੀ ਪੁੱਛਕਿਛ ਹੋਈ ਜੱਗੂ ਦੀ ਪੁੱਛਕਿਛ ਪਤਾ ਲੱਗਿਆ ਕਿ ਦੋਵੇਂ ਕਿੱਥੇ ਲੁਕੇ ਹੋਏ ਆ ਮਾਝੇ ਦੇ ਵਿੱਚ ਦੋਵੇਂ ਲੁਕੇ ਹੋਏ ਆ ਪਹਿਲਾਂ ਮੂਗੇ ਦਾ ਪਤਾ ਲੱਗਿਆ ਮੂਗੇ ਦੇ ਸਮਾਲਸਰ ਦੇ ਵਿੱਚ ਫਿਰ ਪਤਾ ਲੱਗਿਆ ਕਿ ਦੋਵੇਂ ਸਮਾਲਸਰ ਤੋਂ ਮੂਵ ਹੋ ਗਿਆ ਸਮਾਲਸਰ ਤੋਂ ਮਾਝੇ 'ਚ ਚਲੇ ਗਏ ਅੰਮ੍ਰਿਤਸਰ ਦੇ ਨੇੜੇ ਪਾਕਣਾ ਪਿੰਡ ਦੇ ਕੋਲੇ ਦੇਖੇ ਗਏ ਉਸ ਤੋਂ ਬਾਅਦ